ਬਹੁਤ ਹੀ ਦੁੱਖ ਹੋਇਆ ਜਦੋਂ ਪਤਾ ਚੱਲਿਆ ਕਿ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਮਾਤਾ ਜੀ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਏ ਨੇ। ਬਹੁਤ ਹੀ ਮਹਾਨ ਸ਼ਖਸੀਅਤ ਸੀ ਭਾਈ ਸਾਹਿਬ ਜੀ। ਮਾਤਾ ਜੀ ਦੇ ਜਾਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਮਿਲਦੇ ਹੋਏ ਭਾਵੁਕ ਹੋ ਗਏ। ਮਾਂ ਇੱਕ ਅਜਿਹੀ ਚੀਜ਼ ਹੈ ਜਿਸ ਦਾ ਪਿਆਰ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦੇ ਜਾਣ ਦਾ ਦੁੱਖ ਸਿਰਫ ਉਹੀ ਸਮਝ ਸਕਦਾ ਜਿਹਦੀ ਇਸ ਦੁਨੀਆ 'ਤੇ ਮਾਂ ਨਹੀਂ ਹੈ। ਮਾਂ ਇੱਕ ਇਹੋ ਜਿਹਾ ਨਿੱਘ ਹੁੰਦਾ ਜੋ ਕਿ ਸਿਰਫ ਮਹਿਸੂਸ ਕੀਤਾ ਜਾ ਸਕਦਾ। ਪਰ ਜਿੱਥੇ ਵਾਹਿਗੁਰੂ ਜੀ ਇਨਸਾਨਾਂ ਨੂੰ ਦੁਨੀਆ 'ਤੇ ਭੇਜਦਾ, ਉੱਥੇ ਹੀ ਇੱਕ ਦਿਨ ਇਨਸਾਨਾਂ ਨੇ ਇਸ ਦੁਨੀਆ ਤੋਂ ਜਾਣਾ ਵੀ ਹੁੰਦਾ। ਵਾਹਿਗੁਰੂ ਜੀ ਭਾਈ ਸਾਹਿਬ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਭਾਈ ਸਾਹਿਬ ਜੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ। ਸਭ ਮਤ ਥਾਰ